ਤੇਰੀ ਹਿੰਮਤ ਕਿੱਦਾਂ ਹੋਈ ਸਾਡੇ ਮੁਕਾਬਲੇ 'ਚ ਏਅਰਕ੍ਰਾਫਟ ਕੰਟਰੈਕਟ ਦਾ ਟੈਂਡਰ ਭਰਨ ਦੀ? ਅਸੀਂ ਬਾਅਦ ਵਿੱਚ ਗੱਲ ਕਰ ਸਕਦੇ ਹਾਂ ਪਾਪਾ ਜੀ। ਮੈਂ ਇਸ ਵੇਲੇ ਬਹੁਤ ਥੱਕੀ ਹੋਈ ਹਾਂ। ਥੱਕੀ ਹਾਂ ਤਾਂ ਥੱਕੀ ਰਹਿ, ਪਰ ਇਸ ਗੱਲ ਦਾ ਜਵਾਬ ਤੈਨੂੰ ਹੁਣੇ ਦੇਣਾ ਪਏਗਾ। ਸੁਣੋ ਫਿਰ, ਜਦੋਂ ਰਣਵੀਰ ਤੇ ਸ਼ਨਾਇਆ ਨੇ ਮੈਨੂੰ ਹੋਲੀ ਵਾਲੇ ਦਿਨ ਤੋਂ ਬਾਅਦ ਇਸ ਘਰ ਤੋਂ ਬਾਹਰ ਕੱਢ ਦਿੱਤਾ ਸੀ ਨਾ ਜੀ, ਜਦੋਂ ਮੈਂ ਬਟਾਲੇ ਸੀ ਆਪਣੇ ਘਰ, ਉਸ ਵੇਲੇ ਮੈਨੂੰ ਇਸ ਕੰਟਰੈਕਟ ਬਾਰੇ ਪਤਾ ਲੱਗਿਆ ਸੀ ਜੀ, ਤੇ ਮੈਂ ਟੈਂਡਰ ਭਰ ਦਿੱਤਾ। ਉਸ ਵੇਲੇ ਨਾ ਮੇਰਾ ਘਰ ਵਾਲਾ ਮੇਰੇ ਨਾਲ ਸੀ ਤੇ ਨਾ ਹੀ ਮੇਰਾ ਸਹੁਰੇ ਘਰ ਵਾਲੇ ਮੇਰੇ ਨਾਲ ਖੜੇ ਹੋਏ ਸੀ। ਕੱਲੀ ਸੀ ਜੀ ਮੈਂ। ਮੈਨੂੰ ਜੇ ਉਸ ਵੇਲੇ ਆਪਣੀ ਜ਼ਿੰਦਗੀ ਵਿੱਚ ਜਿਉਣ ਦਾ ਕੋਈ ਆਸਰਾ ਦਿਸ ਰਿਹਾ ਸੀ ਨਾ ਜੀ, ਉਹ ਸੀ ਮੇਰਾ ਬਿਜ਼ਨਸ। ਤੁਹਾਨੂੰ ਪਤਾ ਨਾ ਮੈਂ ਆਪਣੀ ਮੰਮੀ ਜੀ ਨੂੰ ਕਿੰਨਾ ਪਿਆਰ ਕਰਦੀ ਹਾਂ। ਉਹ ਬਿਮਾਰ ਸੀ, ਉਹਨਾਂ ਦੇ ਇਲਾਜ ਲਈ ਮੈਨੂੰ ਪੈਸੇ ਇਕੱਠੇ ਕਰਨੇ ਸੀ। ਮੈਂ ਕੀ ਕਰਦੀ ਫਿਰ ਦੱਸੋ, ਚਾਚਾ ਜੀ ਤੋਂ ਤਾਂ ਪੈਸੇ ਮੰਗ ਨਹੀਂ ਸਕਦੀ ਸੀ ਨਾ ਮੈਂ, ਤੇ ਤੁਹਾਨੂੰ ਵੀ ਪਤਾ ਹੈ ਨਾ ਜੀ ਮੈਂ ਕਿਹੜਾ ਅਮੀਰ ਘਰ 'ਚ ਜੰਮੀ ਆ। ਕਮਾਉਣਾ ਤਾਂ ਸੀ ਮੈਂ, ਮੈਂ ਫਿਰ ਭਰ ਦਿੱਤਾ ਜੀ ਫੋਨ। ਮੈਂ ਬਿਲਕੁਲ ਵੀ ਨਾ ਇਹ ਮੌਕਾ ਗਵਾਉਣਾ ਨਹੀਂ ਸੀ ਚਾਹੁੰਦੀ। ਮੈਨੂੰ ਮਾਫ ਕਰ ਦਿਓ ਜੀ, ਇਹ ਕੰਟਰੈਕਟ ਤੁਹਾਨੂੰ ਨਹੀਂ ਮੈਨੂੰ ਮਿਲ ਗਿਆ, ਪਰ ਜੀ ਬਿਜ਼ਨਸ ਤਾਂ ਇੱਦਾਂ ਹੀ ਚੱਲਦਾ ਹੈ ਨਾ। ਅਸੀਂ ਕੀ ਕਰ ਸਕਦੇ ਹਾਂ ਇਹਦੇ ਵਿੱਚ? ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।